ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਉਹ ਕੈਬ ਵਾਲੇ ਭਾਜੀ? ਉਹ ਕੈਬ ਤੋਂ ਭਾਜੀ। ਇੱਕ ਗੱਡੀ ਚਾਹੀਦੀ ਭਾਜੀ। ਗੱਡੀ ਆਉਂ ਮਹਾਰਾਜ, ਗੱਡੀ ਦਓਗੇ? ਆ ਲੈ ਜਾਓ ਭਾਜੀ, ਗਲੈਂਜਾ ਬਿਲਕੁਲ ਬ੍ਰਾਂਡ ਨਿਊ, ਹਲੇ ਲਫਾਫੇ ਵੀ ਨਹੀਂ ਉਤਰੇ, ਦੋ ਦਿਨ ਹੋਏ, 1000 ਰੁਪਏ ਚ ਲੈ ਜਾਓ ਭਾਜੀ। ਸੱਚੀ ਭਾਜੀ? ਸੱਚੀ ਭਾਜੀ। ਅੱਗੇ ਆਓ ਜੀ, ਇਹ ਕਿੰਨੇ 'ਚ ਭਾਜੀ ਲੈ ਕੇ ਜਾਣੀ ਦੱਸੋ? ਇਹ ਵੀ ਬ੍ਰਾਂਡ ਨਿਊ ਜੇ, ਬਿਲਕੁਲ ਲਫਾਫੇ ਹਲੇ ਦੇ ਵੀ ਚੜੇ ਜੇ, ਨੰਬਰ ਪਲੇਟ ਹਲੇ ਦੀ ਆਉਣ ਵਾਲੀ ਜੇ, ਦੱਸੋ ਕੀ ਰੇਟ ਲਓਗੇ ਭਾਜੀ? ਤੁਸੀਂ ਦੱਸੋ ਕਿੰਨੇ ਦੇਣਾ ਚਾਹੁੰਦੇ ਭਾਜੀ? ਮੇਰੀ ਇੱਕ ਸ਼ਰਤ ਹੈ ਪਰ, ਲੌਂਗ ਡੂਰੇਸ਼ਨ ਲਈ ਗੱਡੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਸ਼ੋਰਟ ਡੂਰੇਸ਼ਨ ਦੇ ਲਈ ਮੇਰੇ ਵੀਰ ਜਿੰਨੇ ਵੇਖਦੇ ਪਏ ਨੇ, ਮੈਂ ਉਹਨਾਂ ਨੂੰ ਦੱਸਦਾ ਕਿ ਸ਼ੋਰਟ ਡੂਰੇਸ਼ਨ ਦੇ ਲਈ ਜਿਹੜੀ ਗੱਡੀ ਹੈ ਇਹ ਆਪਾਂ ਥੋੜ੍ਹੇ ਜਿਹੇ ਵੱਧ ਪੈਸਿਆਂ 'ਤੇ ਦਿੰਦੇ ਹਾਂ, ਲੌਂਗ ਡੂਰੇਸ਼ਨ ਹੈ, ਮੈਂ 1000 ਰੁਪਏ ਦੇ ਵਿੱਚ ਤੁਹਾਨੂੰ ਜਿਹੜੀ ਉਹ ਗੱਡੀ ਦੇ ਦਿੰਦੇ। ਮਿਨੀਮਮ 20 ਡੇਜ਼। ਠੀਕ ਹੈ ਜੀ। ਹਾਂ, ਮਤਲਬ 1000 ਤੋਂ 2000 ਰੁਪਏ ਦੇ ਵਿੱਚ ਰੇਟ ਵੇਰੀ ਕਰੂਗਾ। ਸੋ ਜੇ ਲੌਂਗ ਡੂਰੇਸ਼ਨ ਹੈ 1000 'ਚ ਮਿਲ ਜਾਏਗੀ, ਥੋੜ੍ਹਾ ਘੱਟ ਆ 1200, ਥੋੜ੍ਹਾ ਜਿਹਾ ਹੋਰ ਘੱਟ ਆ 1500, ਬਹੁਤ ਘੱਟ ਆ ਤਾਂ ਫਿਰ 2000 ਰੁਪਏ ਆਪਾਂ ਲੈ ਲਾਂਗੇ ਤੁਹਾਡੇ ਕੋਲ। ਬਟ ਮੈਕਸੀਮਮ ਸਾਡੇ ਕੋਲ ਜਿੰਨੇ ਵੀਰ ਭਰਾ ਆਉਂਦੇ ਨੇ ਸਾਰੇ ਮੰਥਲੀ ਗੱਡੀਆਂ ਜਿਹੜੀਆਂ ਉਹ ਲੈਂਦੇ ਨੇ, ਸੋ ਇਹ ਤੁਹਾਨੂੰ 1000 ਰੁਪਏ ਦੇ ਵਿੱਚ ਦੇ ਦਾਂਗੇ। ਭਾਜੀ ਬੜੇ ਲੋਕਾਂ ਸੁਪਨਾ ਮੈਂ SUV ਗੱਡੀ ਮੈਂ ਜਾਣਾ, ਘੁੰਮਣ ਜਾਣਾ, ਪਰ ਕਿਤੇ ਨਾ ਕਿਤੇ ਬਜਟ ਆ ਜਾਂਦਾ ਬੜਾ ਹਾਈ ਦਾ। ਸਾਡੇ ਕੋਲ ਭਾਜੀ ਬਜਟ ਦੀ ਪ੍ਰੋਬਲਮ ਹੀ ਕੋਈ ਨਹੀਂ, ਆ 2500 ਦੇ ਵਿੱਚ ਗੱਡੀ ਲੈ ਜਾਓ ਜੀ। ਭਾਜੀ ਮਜ਼ਾਕ ਨਾ ਕਰੋ। ਨਹੀਂ ਕਰਦਾ ਜੀ, 2500 ਦੇ ਵਿੱਚ ਤੁਹਾਨੂੰ ਅਸੀਂ ਫੋਰਚੂਨਰ ਗੱਡੀ ਦੇਵਾਂਗੇ ਜੀ, ਆਟੋਮੈਟਿਕ। ਮੈਂ ਮਜ਼ਾਕ ਨਹੀਂ ਕਰ ਰਿਹਾ, ਮੈਂ ਸੱਚੀ ਕਹਿ ਰਿਹਾ ਹਾਂ, 2500 ਰੁਪਏ ਦੇ ਵਿੱਚ ਤੁਸੀਂ ਮੇਰੇ ਕੋਲੋਂ ਫੋਰਚੂਨਰ ਗੱਡੀ ਰੈਂਟ ਆਊਟ ਕਰ ਸਕਦੇ ਹੋ। ਅੱਗੇ ਚੱਲੀਏ, ਵੀਡੀਓ ਸੇਵ ਕਰਕੇ ਭਾਈ ਨੂੰ ਵਿਖਾ ਕੇ ਜਿੱਦਾਂ ਮਰਜ਼ੀ ਰੈਂਟ ਆਊਟ ਕਰ ਲਈ। ਥੱਲੇ ਨੰਬਰ ਫਲੈਸ਼ ਕਰਦੇ ਪਿਆ ਜੀ, ਉਹਦੇ ਉੱਪਰ ਸਾਨੂੰ ਕੰਟੈਕਟ ਕਰੋ, ਸਾਡੀ ਵੈਬਸਾਈਟ ਮੈਂਸ਼ਨ ਹੈ, ਸਾਡੇ ਪੇਜਿਸ ਮੈਂਸ਼ਨ ਨੇ, ਉਹਨਾਂ ਦੇ ਉੱਪਰ ਜਾ ਕੇ ਸਾਨੂੰ ਫੋਲੋ ਕਰੋ, ਜਿੰਨੀਆਂ ਨਵੀਆਂ ਅਪਡੇਟਸ ਨੇ ਤੁਹਾਨੂੰ ਉਹਦੇ ਥਰੂ ਸਾਨੂੰ ਮਿਲਦੀਆਂ, ਤੁਹਾਨੂੰ ਮਿਲਦੀਆਂ ਜਾਣਗੀਆਂ। ਸੇਮ ਹੈ ਜੀ ਆਪਣਾ 14 ਮਾਡਲ ਗੱਡੀ ਹੈ, ਆਟੋਮੈਟਿਕ ਸੈਗਮੈਂਟ ਦੀ ਗੱਡੀ ਹੈ, ਫੋਰਚੂਨਰ ਹੈ, ਤੁਹਾਨੂੰ ਪਤਾ ਇਹਦਾ ਗੱਡੀ ਦਾ ਨਾਮ ਹੀ ਕਾਫੀ ਹੈ। ਜਿੰਨੇ ਮੇਰੇ NRA ਵੀਰ ਆਉਣਾ ਚਾਹੁੰਦੇ ਨੇ, ਗੱਡੀ ਲੈਣਾ ਚਾਹੁੰਦੇ ਨੇ, ਮੈਂ 2500 ਰੁਪਏ ਦੇ ਵਿੱਚ ਤੁਹਾਨੂੰ ਭਾਅ ਜੀ ਇਹ ਗੱਡੀ ਜਿਹੜੀ ਉਹ ਰੈਂਟ ਆਊਟ ਕਰੂੰਗਾ। ਮੈਂ ਅਗੇਨ ਗੱਲ ਕਰਦਾ, 2500 ਤੋਂ 4000 ਰੁਪਏ ਦੇ ਵਿੱਚ ਵੇਰੀ ਕਰੇਗਾ ਰੇਟ, ਡਿਪੈਂਡ ਅਪੋਨ ਦਾ ਡੂਰੇਸ਼ਨ, ਡਿਪੈਂਡ ਅਪੋਨ ਦਾ ਸੀਜ਼ਨ। ਅੱਗੇ ਚੱਲੀਏ ਭਾਅ ਜੀ, ਹਾਜੂ ਭਾਅ ਜੀ ਅੱਗੇ ਸਭ ਤੋਂ ਕੰਫਰਟੇਬਲ ਗੱਡੀ ਮੰਨੀ ਜਾਂਦੀ ਹੈ? ਬਹੁਤ ਕੰਫਰਟੇਬਲ ਜੀ, ਟੋਇਟਾ ਦਾ ਬ੍ਰਾਂਡ ਤੁਹਾਨੂੰ ਪਤਾ ਆ, ਫੋਰਚੂਨਰ ਵੀ ਸੇਮ ਹੈ, ਮਤਲਬ ਜੇ ਆਪਾਂ ਜਿੰਨੀ ਮਰਜ਼ੀ ਗੱਡੀ ਚਲਾ ਲਓ ਭਾਜੀ ਤੁਸੀਂ ਥੱਕੋਗੇ ਨਹੀਂ, ਮੈਂ ਮਜ਼ਾਕ ਨਹੀਂ ਕਰ ਰਿਹਾ, ਇਹ ਬਹੁਤ ਪਿਆਰੀ ਗੱਡੀ ਹੈ। ਮੈਂ ਜੇ ਆਪਣੀ ਮੇਰੀ ਗੱਲ ਕਰਾਂ, ਮੈਂ ਆਪਦੀ, ਮੈਨੂੰ ਖੁਦ ਨੂੰ ਬੜੀ ਪਰਸਨਲੀ ਇਹ ਗੱਡੀ ਪਸੰਦ ਹੈ ਜੀ। ਓਕੇ, ਹਾਂਜੀ ਠੀਕ ਹੈ ਭਾਅ ਜੀ। ਇਹਦਾ ਭਾਅ ਜੀ ਕੀ ਰੈਂਟ ਆਊਟ ਹੋਊਗਾ, ਕਿੰਨਾ ਹੋਊਗਾ ਭਾਅ ਜੀ? ਭਾਅ ਜੀ ਵੇਖੋ, ਐਡੀ ਵੱਡੀ ਗੱਡੀ ਹੈ, ਐਡੇ ਕੰਫਰਟ ਜ਼ੋਨ ਹੈ, 4-5000 ਤੋਂ ਘੱਟ ਕੀ ਤੁਸੀਂ ਦਊਗੇ? ਨਹੀਂ ਜੀ, ਇਹ ਵੀ ਮੈਂ ਤੁਹਾਨੂੰ 2500 ਤੋਂ 4000 ਰੁਪਏ ਦੇ ਵਿੱਚ ਗੱਡੀ ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਲੈਣ ਵਾਲੇ ਬਣੋ ਭਾਅ ਜੀ। ਬਾਅਦ ਚੋਂ ਇਹਨਾਂ ਦੇ ਕਸਟਮਰ? ਨਾ ਜੀ ਨਾ, ਬਿਲਕੁਲ ਨਹੀਂ ਮੁਕਰਾਂਗੇ, ਪਰ ਮੇਰੀ ਇੱਕ ਗੱਲ ਫਿਰ ਧਿਆਨ ਨਾਲ ਰੱਖਿਓ, ਯਾਦ ਰੱਖਿਓ, ਮੈਂ ਤੁਹਾਨੂੰ ਵੀ ਕਹਿ ਰਿਹਾ, ਲੌਂਗ ਡੂਰੇਸ਼ਨ ਦਾ ਰੇਟ ਜਿਹੜਾ ਉਹ ਇਹ ਹੈਗਾ ਜੀ, ਸ਼ੋਰਟ ਡੂਰੇਸ਼ਨ ਦਾ ਰੇਟ ਜ਼ਰੂਰ ਵੇਰੀ ਕਰੂਗਾ, ਕਿਉਂਕਿ ਮੇਰੇ ਕੁਛ ਵੀਰ ਮੈਨੂੰ ਪੁੱਛਦੇ ਨੇ ਕਿ ਤੁਸੀਂ ਵੀਡੀਓ ਦੇ ਵਿੱਚ ਹੋਰ ਕਿਹਾ ਸੀਗਾ, ਹੁਣ ਕੁਛ ਹੋਰ ਕਹਿ ਰਹੇ ਹੋ। ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਹੈ, ਵੀਡੀਓ ਪ੍ਰੋਪਰ ਸੁਣਿਓ, ਪੂਰੀ ਸੁਣਿਓ, ਐਂਡ ਤੱਕ ਸੁਣਿਓ, ਤੁਹਾਨੂੰ ਸਾਰੀਆਂ ਡਿਟੇਲਸ ਅਸੀਂ ਜਿਹੜੀਆਂ ਉਹ ਦੇ ਰਹੇ ਹਾਂ। ਡੂਰੇਸ਼ਨ ਦੱਸ ਦਿਓ ਕਿੰਨੀ ਹੈ? ਮਿਨੀਮਮ ਡੂਰੇਸ਼ਨ ਸਰ ਜੇ ਇਸ ਰੇਟ 'ਤੇ ਲੈਣੀ 20 ਦਿਨ ਦੀ ਮਿਨੀਮਮ ਡੂਰੇਸ਼ਨ ਹੈ ਜੀ। ਇੱਕ ਦਿਨ ਲਈ ਲੈਂਦੇ ਹੋ, 2 ਦਿਨ ਲਈ ਲੈਂਦੇ ਹੋ, ਹਫ਼ਤੇ ਦੇ ਲਈ ਲੈਂਦੇ ਹੋ, ਫਿਰ 4000 ਤੱਕ ਅਸੀਂ ਜਿਹੜਾ ਇਹਦਾ ਰੇਟ ਅਸੀਂ ਤੁਹਾਨੂੰ ਕੋਟ ਕਰਾਂਗੇ। ਅੱਗੇ ਆਓ ਭਾਜੀ, ਗੱਡੀ ਲੈਣੀ ਹੈ ਤੇ ਤੁਹਾਨੂੰ ਗੱਡੀ ਵਿਖਾਈਏ, ਗੱਡੀ ਲੈਣੀ ਤੇ ਆ ਲਓ ਜੀ ਭਾਜੀ, ਇਹ ਜੱਟਾਂ ਹੀ ਪਸੰਦ ਕਹੀ ਜਾਂਦੀ, ਇਹ ਮੈਂ ਕਹਿ ਰਹੀ, ਇਹ ਛਾਡੀ ਗੱਲਾਂ ਤੋਂ, ਇਹ ਜਿੰਨੇ ਆਪਣੀ ਯੰਗ ਜਨਰੇਸ਼ਨ ਆ ਸਾਰਿਆਂ ਦੀ ਪਸੰਦ ਆ, ਤੇ ਉਹ ਉੱਥੋਂ ਤੱਕ ਜਿੰਨੀ ਲੈਣ ਲੱਗੀ ਹੈ ਸਾਰੀ ਉਹਨਾਂ ਵਾਸਤੇ ਗੱਡੀ ਹੈ ਜੀ। ਸੋ ਇਹ ਗੱਡੀ ਆ ਜੀ ਆਪਣੀ 2022 ਮਾਡਲ S11 ਸੈਗਮੈਂਟ ਦੀ ਗੱਡੀ ਹੈ, 2500 ਜੀ ਦੇ ਦਾਂਗਾ ਜੀ। ਹੋਰ ਦੱਸੋ ਭਾਈ, ਤੁਸੀਂ ਮੈਨੂੰ ਕਿਹਾ ਜੁੱਤੀਆਂ ਪਵਾ ਦੇ? ਨਹੀਂ, ਮੇਰੇ ਨੰਬਰ ਮੈਂਸ਼ਨ ਨੇ ਸਾਰੇ ਭਾਜੀ ਨੂੰ ਕੁਛ ਨਹੀਂ ਤੁਸੀਂ ਕਹਿਣਾ, ਮੇਰੇ ਨੰਬਰ ਮੈਂਸ਼ਨ ਨੇ, ਮੈਨੂੰ ਕਾਲ ਕਰੋ, 2500 ਦੇ ਵਿੱਚ ਗੱਡੀ ਦਊਂਗਾ ਜੇ ਤੁਸੀਂ ਇਹਨੂੰ ਲੌਂਗ ਡੂਰੇਸ਼ਨ ਲਈ ਬੁੱਕ ਕਰ ਦਿਓ। ਅੱਗੇ ਆ ਜਾਓ ਜੀ, ਬਿਲਕੁਲ ਬ੍ਰਾਂਡ ਨਿਊ ਗੱਡੀ, 2023 ਮਾਡਲ, ਹਾਰਡਲੀ ਹਫ਼ਤਾ ਇੱਕ ਪੁਰਾਣੀ ਗੱਡੀ ਹੈ, ਅੰਦਰ ਹਲੇ ਉਹਦੇ ਲਿਫਾਫੇ ਵੀ ਨਹੀਂ ਲੱਥੇ, ਨੰਬਰ ਵੀ ਨਹੀਂ ਇਹਨੂੰ ਹਲੇ ਗੱਡੀ ਨੂੰ ਲੱਗਾ, ਲੋਏ ਤੁਸੀਂ ਚੈੱਕ ਕਰੋ ਅਤੇ ਹੁਣ ਮੈਨੂੰ ਚੈੱਕ ਕਰੋ। ਇਹ ਵੀ ਗੱਡੀ ਜਿਹੜੀ ਆ ਤੁਹਾਨੂੰ ਭਾਜੀ ਅਸੀਂ 2500 ਜੀ ਦੇ ਦਾਂਗੇ। ਭਾਜੀ ਤੁਸੀਂ ਤੇ ਪੰਜਾਬ ਨੂੰ ਸਾਰੇ ਮਾਰਕੀਟ ਲਾ ਕੇ ਰੱਖਦੇ ਨੇ, ਮੇਰੇ ਰੇਟ ਨੂੰ ਕੋਈ ਕੰਪੀਟ ਨਹੀਂ ਕਰ ਸਕਦਾ। ਕਮਲੇ ਹੋਏ ਨੇ ਲੋਕੀ ਭਾਜੀ, ਮੇਰੇ ਰੇਟ ਨੂੰ ਕੋਈ ਮਾਰਕੀਟ ਦੇ ਵਿੱਚ ਕੰਪੀਟ ਨਹੀਂ ਕਰ ਸਕਦਾ, ਮੈਂ ਡੈਮ ਸ਼ੋਰ ਹਾਂ, ਪਰ ਮਸਲਾ ਇਹ ਆ ਵੀ ਜੇ ਤੁਸੀਂ ਰੇਟ ਦੇ ਕੰਪੇਅਰ ਕਰਦੇ ਹੋ ਮੇਰੇ ਰੇਟਸ ਦੇ ਨਾਲ, ਫਿਰ ਗੱਡੀਆਂ ਮੇਰੇ ਵਰਗੀਆਂ ਖੜੀਆਂ ਕਰੋ, ਬੋਏ ਮਾਡਲ, 23 ਮਾਡਲ, 20 ਮਾਡਲ, 21 ਮਾਡਲ, ਇਹ ਸੈਗਮੈਂਟ ਦੀਆਂ ਗੱਡੀਆਂ ਆਉਣ, ਫਿਰ ਮੇਰੇ ਰੇਟ ਨਾਲ ਕੰਪੀਟ ਕਰੋ, ਅਤੇ ਜੇ ਕੋਈ ਹੈਗਾ ਆ ਤੁਸੀਂ ਆਓ, ਆਪਾਂ ਇੱਕ ਗੇਮ ਖੇਡਦੇ ਹਾਂ ਰੇਟ ਵਾਲੀ। ਭਾਅ ਜੀ ਨਹੀਂ, ਇਹ ਚੀਜ਼ ਤਾਂ ਮੈਂ ਵੀ ਪਰਸਨਲੀ ਬੜੀ ਅਬਜ਼ਰਵ ਕੀਤੀ ਹੈ ਵੀ ਲੋਕੀ ਰੇਟ 2000 ਰੁਪਏ, ਪਰ ਉਹ ਗੱਡੀਆਂ ਦੀ ਕੰਡੀਸ਼ਨ ਉਹ ਨਹੀਂ ਹੈਗੀ, ਮਾਡਲ ਬੜੇ ਪੁਰਾਣੇ। ਸਰ ਮੈਂ ਇੱਕ ਚੀਜ਼ ਦੱਸਦਾ, ਜਿਹੜੇ ਥੋੜ੍ਹਾ ਘੱਟ ਰੇਟ 'ਚ ਗੱਡੀਆਂ ਰੈਂਟ ਆਊਟ ਕਰਦੇ ਪਏ ਨੇ ਨਾ, ਉਹਨਾਂ ਦਾ ਪਤਾ ਕੀ ਸੀ ਨਾ, ਉਹ ਗੱਡੀਆਂ ਚੁੱਕ ਕੇ ਲਿਆਉਂਦੇ ਸਾਰੇ ਆਊਟ ਆਫ ਸਟੇਟ,
ਨਾ ਉਹਨਾਂ ਦੀ ਸਟੇਟ ਐਨਓਸੀ ਹੁੰਦੀ ਆ, ਨਾ ਉਹਨਾਂ ਦਾ ਉਹ ਗੱਲ ਨੰਬਰ ਉਹਨਾਂ ਦਾ ਪੰਜਾਬ ਨੰਬਰ ਚੜਿਆ ਹੁੰਦਾ, ਨਾ ਉਹਦੇ ਪੇਪਰ ਪੂਰੇ ਹੁੰਦੇ ਆ। ਤੁਹਾਨੂੰ ਮੇਰਾ ਐਨਆਰਆਈ ਵੀਰ ਕੋਈ ਆ ਰਿਹਾ, ਜੇ ਕਿਸੇ ਨੇ ਖਿਲਾਰ ਲਿਆ, ਪੁਲਿਸ ਵਾਲੇ ਨੇ ਖਿਲਾਰ ਲਿਆ, ਭਾਅ ਜੀ ਤੁਸੀਂ ਬੱਝੇ ਨਹੀਂ ਛੁੱਟਣਾ। ਘੱਟੋ ਘੱਟ ਤੁਹਾਡੇ 10 ਦਿਨ ਤੇ ਉਹ ਖਰਾਬ ਕਰਨਗੇ ਕਰਨਗੇ, ਖੱਜਲ ਖੁਆਰੀ ਤੁਹਾਨੂੰ ਵੱਖਰੀ ਕਰਨਗੇ, ਤੇ ਮੇਰੇ ਖਿਆਲ ਨਾਲ ਮਹੀਨੇ ਕੁ ਦੀ ਡੂਰੇਸ਼ਨ 'ਤੇ ਤੇ ਆਪਣੇ ਐਨਆਰਆਈ ਸਾਰੇ ਵੀਰ ਆਏ ਹੁੰਦੇ ਨੇ। ਸੋ ਉਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਧਿਆਨ ਨਾ, ਬਾਕੀ ਗੱਡੀਆਂ ਲਓ, ਪੰਜਾਬ ਨੰਬਰ ਲਓ, ਤੁਹਾਡੇ ਸਾਹਮਣੇ ਗੱਡੀਆਂ ਲੱਗੀਆਂ ਨੇ, ਸਾਰੇ ਪੇਪਰ ਪੂਰੇ ਹੋਣਗੇ। ਪੇਪਰਾਂ ਨੂੰ ਲੈ ਕੇ ਜਾਂ ਗੱਡੀ ਨੂੰ ਲੈ ਕੇ ਕੋਈ ਦਿੱਕਤ ਆਉਂਦੀ ਆ, ਫਰੰਟ ਉੱਪਰ ਅਸੀਂ ਹੋਵਾਂਗੇ ਜੀ, ਸਾਡੇ ਐਨਆਰਆਈ ਭਰਾ ਨੂੰ ਜਾਂ ਸਾਡੇ ਟੂਰਿਸਟ ਵੀਰ ਨੂੰ ਕੋਈ ਇਹੋ ਜਿਹੀ ਦਿੱਕਤ ਦੇ ਵਿੱਚ ਪੈਣ ਦੀ ਲੋੜ ਨਹੀਂ, ਨਾ ਅਸੀਂ ਪਾਉਂਦੇ ਹਾਂ। ਜੇ ਕੋਈ ਪਿਆ ਵੀ ਹੋਵੇ, ਅਸੀਂ ਉਹਨੂੰ ਕੱਢ ਕੇ ਬਾਹਰ ਅਸੀਂ ਫਰੰਟ ਐਂਡ ਦੇ ਉੱਪਰ ਹੁੰਦੇ ਹਾਂ। ਭਾਅ ਜੀ, ਅੱਜ ਕੱਲ੍ਹ ਨਾ ਬੜਾ ਟ੍ਰੈਂਡ ਚੱਲ ਪਿਆ 4x4 ਦਾ, ਹਾਂਜੀ, ਆਫ ਰੋਡਿੰਗ ਦਾ। ਆਪਾਂ ਯੰਗਸਟਰਸ ਵੇਖ ਲਈਏ, ਚਾਹੇ ਉਹ ਲੜਕੀਆਂ ਸਰ, ਸਾਰੀਆਂ 4x4 ਆ ਜੀ। ਆ ਤੁਹਾਨੂੰ 18 ਜਿੰਨੀਆਂ ਦੇਵਾਂਗੇ 4x4 ਦੇਵਾਂਗੇ। ਇਹਨਾਂ ਦਾ ਕੀ ਰੈਂਟ ਰਹੂਗਾ? ਮੈਂ ਕਿਹਾ ਜੀ ਤੁਸੀਂ ਸਾਰੀਆਂ 4x4 ਨੇ, ਠੀਕ ਹੈ ਜੀ, ਪਹਾੜਾਂ ਨੂੰ ਜਾਣਾ, ਓਪਨ ਤੁਹਾਡੇ ਅੱਗੇ ਖੜੀ ਆ, ਠੰਡੀ ਠੰਡੀ ਹਵਾ ਖਾਂਦੇ ਜਾਓ, ਸ਼ਿਮਲੇ ਦਾ ਟੂਰ ਲਾ ਕੇ ਆਓ, ਵਿੱਚ ਗਾਣਾ ਲਾਓ, ਸ਼ਿਮਲੇ ਨੂੰ ਜਾਂਦਾ ਹੋਵੇ ਟੂਰ ਨਹੀਂ ਕਰੀ, ਉਹ ਟੂਰ ਲਾ ਕੇ ਆਓ ਜੀ। ਗੱਡੀ ਦੇ ਲੋਏ ਚੈੱਕ ਕਰੋ, ਗੱਡੀ ਓਪਨ ਆ, ਗੱਡੀ ਦੀ ਕੰਡੀਸ਼ਨ ਚੈੱਕ ਕਰੋ, ਸਪੈਸ਼ਲੀ ਆ ਗੱਡੀ ਆ ਤੁਹਾਡੇ ਸਾਹਮਣੇ ਥਾਰ ਖੜੀ ਆ ਜੀ। ਮੈਂ ਸਾਰਿਆਂ ਦਾ ਰੇਟ ਹੋਣੇ ਤੁਹਾਨੂੰ ਦੱਸਦੇ ਹਾਂ, ਇਹ ਹਲੇ ਮੈਂ ਪਰਸੋਂ ਹੀ ਇਹਦੇ ਗੱਡੀ ਦੇ ਅਲੋਏ, ਮੈਨੂੰ ਡਿਮਾਂਡ ਆ ਰਹੀ ਸੀਗੀ, ਮੇਰੇ ਬੜੇ ਵੀਰ ਕਹਿ ਰਿਹਾ ਕਿ ਜੀ ਗੱਡੀ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਸਾਨੂੰ ਦਿਓ। ਸੋ ਗੱਡੀ ਦੇ ਅਲੋਏ ਪਲੱਸ ਟਾਇਰ ਅਸੀਂ ਦੋਨੇ ਚੇਂਜ ਕਰਾਤੇ ਨੇ ਜੀ, ਜਿੰਨੀਆਂ ਥਾਰਾਂ ਨੇ ਅਸੀਂ ਆਲਮੋਸਟ ਸਾਰਿਆਂ ਦੇ ਸਟੈਪ ਬਾਏ ਸਟੈਪ ਸਾਡੇ ਕੋਲ ਵਾਪਸ ਆ ਰਹੀ ਆ, ਸਟੈਪ ਬਾਏ ਸਟੈਪ ਆਪਾਂ ਜਿਹੜਾ ਵਾ ਉਹ ਗੱਡੀਆਂ ਨੂੰ ਮੋਡੀਫਾਈ ਕਰਾਉਂਦੇ ਜਾ ਰਹੇ ਹਾਂ। ਸੋ ਸਾਰੀਆਂ ਗੱਡੀਆਂ ਤੁਹਾਨੂੰ ਵਿਦ ਲੇਟੈਸਟ ਅਲੋਏ ਡਿਜ਼ਾਈਨ ਜਿਹੜਾ ਉਹਨਾਂ ਜਾ ਰਿਹਾ ਅਤੇ ਜਿਹੜੇ ਟਾਇਰ ਜਾ ਰਹੇ ਉਹਨਾਂ ਦੇ ਵਿੱਚ ਮਿਲਣਗੀਆਂ। ਬਾਕੀ ਹਾਂ, ਇਹਨਾਂ ਦਾ ਰੈਂਟ ਇਹ ਵੀ 2500 ਤੇ, ਪਤਾ ਨਹੀਂ ਸੂਈ ਜੀ ਅੜ ਗਈ ਆ, 2500 ਸੂਈ ਜੀ ਅੜ ਗਿਆ, ਨਹੀਂ ਜੀ ਇਹ ਵੀ ਮੈਂ 2500 ਤੇ ਗੱਡੀ ਦੇ ਦੂੰਗਾ, ਤੁਸੀਂ ਲੈਣ ਵਾਲੇ ਬਣੋ। ਪਰ ਹਾਂ, ਫਸਟ ਕਮ ਫਸਟ ਸਰਵ ਵਾਲੀ ਗੱਲ ਹੈ ਜੀ, ਜਿੰਨੀ ਜਲਦੀ ਸਾਡੇ ਕੋਲ ਬੁੱਕ ਹੋ ਜਾਣਗੀਆਂ ਫਿਰ ਅਸੀਂ ਉਨਾ ਘੱਟ ਰੇਟ 'ਤੇ ਦੇਵਾਂਗੇ। ਥੋੜ੍ਹਾ ਫਲੀਟ ਸਾਡੇ ਕੋਲ ਜਦੋਂ ਪਿੱਛੇ ਰਹਿ ਘੱਟ ਰਹਿ ਜਾਂਦਾ, ਫਿਰ ਆਟੋਮੈਟਿਕਲੀ ਸਾਡਾ ਸਿਸਟਮ ਜਿਹੜਾ ਸਾਡਾ ਇਹਦਾ ਰੇਟ ਥੋੜ੍ਹਾ ਜਿਹਾ ਹਾਈ ਹੋ ਜਾਂਦਾ। ਸੋ ਜਿੰਨੇ ਵੀ ਬੁੱਕ ਕਰਨੀਆਂ ਜਲਦੀ ਬੁੱਕ ਕਰ ਲਓ, ਸੇਮ ਰੇਟ 'ਤੇ ਮਿਲ ਜਾਣਗੀਆਂ। ਕੱਲ੍ਹ ਨੂੰ ਫਿਰ ਨਾ ਕਿਹਾ ਵੀ ਵੀਡੀਓ 'ਚ ਕੁਛ ਹੋਰ ਕਿਹਾ ਸੀ, ਅੱਜ ਕੁਛ ਰੇਟ ਹੋ ਰਿਹਾ, ਵੀਡੀਓ ਥੱਲੇ ਚੈੱਕ ਕਰ ਲਿਓ ਕਿਹੜੀ ਡੇਟ ਦੀ ਪਈ ਆ। ਸੋ ਜੇ ਬੁੱਕ ਹੋ ਗਈਆਂ ਫਿਰ ਆਈ ਰੀਅਲੀ ਸੋਰੀ, ਮੈਂ ਇਸ ਰੇਟ 'ਤੇ ਨਹੀਂ ਦੇ ਪਾਊਂਗਾ, ਅਦਰਵਾਈਜ਼ 2500 ਦੇ ਵਿੱਚ ਤੁਸੀਂ ਗੱਡੀ ਚੁੱਕੋ। ਪਹਿਲਾਂ ਵੱਡੀ ਗੱਡੀ ਜਾਣ ਤੋਂ ਪਹਿਲੇ ਗੱਲ ਹੋਰ ਕਰ ਲਈਏ, ਹਾਂਜੀ, ਬੁਕਿੰਗ ਪ੍ਰੋਸੀਜਰ ਕਿੱਦਾਂ ਰਹੇਗਾ? ਬੁਕਿੰਗ ਬਹੁਤ ਸਿੰਪਲ ਆ ਜੀ, ਨੰਬਰ ਸਾਡੇ ਥੱਲੇ ਮੈਂਸ਼ਨ ਨੇ ਜੀ, ਨੰਬਰਾਂ 'ਤੇ ਕਾਲ ਕਰੋ, ਵਟਸਐਪ 'ਤੇ ਅਸੀਂ ਅਵੇਲੇਬਲ ਹਾਂ, ਮਲਟੀਪਲ ਸਾਡੇ ਪਲੇਟਫਾਰਮਸ ਨੇ ਜਿਨ੍ਹਾਂ ਦੇ ਉੱਪਰ, ਜਿਨ੍ਹਾਂ ਦੇ ਥਰੂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਚਾਹੇ ਸਾਡੀ ਈਮੇਲ ਹੈ, ਚਾਹੇ ਸਾਡਾ ਵਟਸਐਪ ਹੈ, ਚਾਹੇ ਸਾਡਾ ਉਹ ਇੰਸਟਾਗ੍ਰਾਮ ਪੇਜ ਹੈ, ਫੇਸਬੁੱਕ ਦੇ ਥਰੂ। ਬਾਕੀ ਕਾਲ ਵਾਲਾ ਆਪਸ਼ਨ ਸਭ ਤੋਂ ਵਧੀਆ, ਜਿਹੜੇ ਮੇਰੇ ਵੀਰ ਐਨਆਰਆਈ ਨੇ ਜਾਂ ਆਊਟ ਆਫ ਇੰਡੀਆ ਨੇ, ਉਹਨਾਂ ਦੇ ਲਈ ਵੈਬਸਾਈਟ ਨਹੀਂ ਹੈ, ਉਹ ਪੇਮੈਂਟ ਗੇਟਵੇ ਦਾ ਉਹਨਾਂ ਦਾ ਥੋੜ੍ਹਾ ਜਿਹੀ ਪ੍ਰੋਬਲਮ ਆ, ਉਹ ਨਹੀਂ ਉਹਨਾਂ ਦੀ ਪੇਮੈਂਟ ਆਏਗੀ, ਜੇ ਆਏਗੀ ਵੀ ਤਾਂ ਉਹਨਾਂ ਨੂੰ ਬਹੁਤ ਸਾਰੇ ਚਾਰਜਿਸ ਪੈਣਗੇ। ਸੋ ਇਹ ਵਾਲਾ ਪ੍ਰੋਸੈਸ ਜਿਹੜਾ ਅਸੀਂ ਮੈਨੂਅਲ ਰੱਖਿਆ, ਅਦਰਵਾਈਜ਼ ਜੇ ਕੋਈ ਇੰਡੀਆ ਦੇ ਵਿੱਚ ਹੈ ਉਹ ਆਨਲਾਈਨ ਇਹਨੂੰ ਸਾਡੀ ਗੱਡੀਆਂ ਨੂੰ ਬੁੱਕ ਕਰ ਸਕਦਾ ਹੈ। ਡਾਕੂਮੈਂਟ ਬਹੁਤ ਨੋਮੀਨਲ ਨੇ ਜੀ, 2 ਡਾਕੂਮੈਂਟ ਤੁਹਾਡੇ ਚਾਹੀਦੇ ਨੇ, ਇੱਕ ਆਧਾਰ ਕਾਰਡ ਚਾਹੀਦਾ, ਇੱਕ ਡਰਾਈਵਿੰਗ ਲਾਇਸੈਂਸ ਚਾਹੀਦਾ, ਠੀਕ ਹੈ ਜੀ। ਬਾਕੀ ਹਾਂ, ਜੇ ਥੋੜ੍ਹਾ ਐਡਰੈਸ ਦੇ ਵਿੱਚ ਮਿਸਮੈਚ ਆ, ਫਿਰ 1-2 ਡਾਕੂਮੈਂਟ ਅਸੀਂ ਹੋਰ ਜਿਹੜਾ ਕਸਟਮਰ ਕੋਲ ਲੈਂਦੇ ਹਾਂ। ਸਿਕਿਉਰਿਟੀ ਡਿਪੋਜ਼ਿਟ ਅਕੋਰਡਿੰਗ ਟੂ ਦਾ ਕਾਰ ਵੇਰੀ ਕਰਦਾ ਆ, ਠੀਕ ਹੈ ਜੀ, ਉਹ ਵੀ ਜਿਹੜਾ ਤੁਹਾਨੂੰ ਅਸੀਂ ਸੇਮ ਟਾਈਮ ਰੀਫੰਡ ਕਰ ਦਾਂਗੇ, ਠੀਕ ਹੈ ਜੀ। ਭਾਅ ਜੀ, ਅੱਜ ਕੱਲ੍ਹ ਗਾਣਿਆਂ 'ਚ, ਪੰਜਾਬੀਆਂ 'ਚ ਇਹ ਗੱਡੀ ਬਹੁਤ ਮਸ਼ਹੂਰ ਚੱਲ ਰਹੀ ਹੈ। ਭਾਅ ਜੀ, ਗਾਣੇ ਛੱਡੋ, ਤੁਸੀਂ ਸਾਡੇ ਯੰਗਸਟਰ ਦੀ ਪਸੰਦ ਇਹ ਆ ਜੀ, ਮੇਰਾ ਸਿੱਧੂ ਮੂਸੇ ਵਾਲਾ ਵੀਰ ਇਸ ਦੁਨੀਆ 'ਤੇ ਨਹੀਂ ਰਿਹਾ, ਪਰ ਉਹ ਜੋ ਗੱਡੀ ਦਾ ਟ੍ਰੈਂਡ ਚਲਾ ਗਿਆ ਜਾਂ ਜੋ ਗੱਡੀ ਉਹਨੇ ਪ੍ਰਮੋਟ ਕਰਤੀ, ਅਤੇ ਜਿੰਨੀ ਸਾਡੀ ਪੰਜਾਬੀ ਜਨਤਾ ਇਹਦੇ ਪਿੱਛੇ ਲਵਿੰਗ ਹੈ, ਇਸ ਚੀਜ਼ ਨੂੰ ਬਹੁਤ ਲਵ ਕਰਦੀ ਆ, ਇਹ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਸਾਡੇ ਵੀਰ ਐਨਆਰਆਈ ਆਣ ਕੇ ਵੱਡੀ ਗੱਡੀ ਥੋੜ੍ਹੀ ਜਿਹੀ ਮੰਗਦੇ ਆ, ਮਿੰਨੀ SUV ਦੇ ਵਿੱਚ ਇਹ ਸੈਗਮੈਂਟ ਦੀ ਗੱਡੀ ਆ। ਦੋਨੇ ਗੱਡੀਆਂ ਤੁਹਾਡੇ ਕੋਲ ਅਵੇਲੇਬਲ ਨੇ, ਦੋ ਹੋਰ ਨੇ ਉਹ ਇਸ ਟਾਈਮ ਰੈਂਟ ਆਊਟ ਨੇ। ਸੋ ਇਹ ਗੱਡੀਆਂ ਜਿਹੜੀਆਂ ਤੁਹਾਨੂੰ ਅਸੀਂ 20,000 ਪਰ ਡੇ ਦੇ ਉੱਪਰ ਜਿਹੜਾ ਅਸੀਂ ਦੇ ਦਾਂਗੇ, 20,000। ਐਡੀ ਮੰਗੀ ਲੱਖਾਂ ਕਰੋੜਾਂ ਦੀ ਗੱਡੀ ਤੁਸੀਂ 20,000 ਦੇ ਰਹੇ, ਕਿੱਦਾਂ ਕੀ ਦਿਮਾਗ 'ਚ ਆਇਆ ਉਹ ਕੈਬ ਸਟਾਰਟ ਕਰ? ਮੈਂ ਭਾਅ ਜੀ ਚਾਹੁੰਦਾ ਵੀ ਮੇਰੇ ਜਿੰਨੇ ਪੰਜਾਬੀ ਭਰਾ ਨੇ ਜਾਂ ਵੀਰ ਨੇ ਜਾਂ ਬਾਹਰੋਂ ਵੀ ਆਉਂਦੇ ਨੇ, ਸਾਰੇ ਵੱਡੀਆਂ ਵੱਡੀਆਂ ਗੱਡੀਆਂ ਦਾ ਥ੍ਰਿਲ ਲੈਣ। ਅਸੀਂ ਮੈਟਰੋ ਸਿਟੀਜ਼ ਦੇ ਵਿੱਚ ਇਹ ਚੀਜ਼ਾਂ ਦੇਖਦੇ ਹਾਂ, ਪੰਜਾਬ 'ਚ ਇਹ ਚੀਜ਼ ਨਹੀਂ ਸੀਗੀ, ਬੜੀ ਦਿੱਕਤ ਸੀਗੀ, ਅਤੇ ਇਹ ਤੁਹਾਡੇ ਵਰਗੇ ਵੀਰਾਂ ਦੀ ਡਿਮਾਂਡ 'ਤੇ ਹੀ ਆ ਗੱਡੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਸੋ ਬੇਫਿਕਰੇ ਹੋ ਕੇ ਰੈਂਟ ਆਊਟ ਕਰੋ, ਇੱਕ ਕੰਪਨੀ ਦੇ ਨਾਲ ਡੀਲ ਕਰੋ। ਭਾਅ ਜੀ, ਮੈਂ ਇੱਕ ਹੋਰ ਚੀਜ਼ ਕਲੀਅਰ ਕਰਦਾ, ਤੁਸੀਂ ਹੁਣੇ ਇਹ ਕੁਐਸਚਨ ਕੀਤਾ ਸੀਗਾ ਕਿ ਬਾਕੀ ਥੋੜ੍ਹਾ 1-2 ਜਣੇ ਹੋਰ ਹੈ ਬੜੇ ਘੱਟ ਰੇਟ 'ਤੇ ਕੰਮ ਕਰਦੇ ਨੇ, ਸਾਡੇ ਕੋਲ ਜੀ ਸੈਲਫ ਡਰੀਵਨ ਕਾਰ ਦਾ ਲਾਇਸੈਂਸ, ਅਸੀਂ ਸੈਲਫ ਡਰੀਵਨ ਕਾਰਾਂ ਰੈਂਟ ਆਊਟ ਕਰ ਸਕਦੇ ਹਾਂ, ਵੀ ਆਰ ਆਥੋਰਾਈਜ਼ਡ। ਅਤੇ ਜੇ ਤੁਸੀਂ ਬਾਹਰੋਂ ਕਿਸੇ ਕੋਲੋਂ ਰੈਂਟ ਕਰਦੇ ਹੋ, ਕੱਲ੍ਹ ਨੂੰ ਕੋਈ ਦਿੱਕਤ ਆ ਗਈ, ਬਹੁਤ ਬੁਰਾ ਫਸੋਗੇ। ਇਹੋ ਜਿਹੇ ਕੁਝ ਇੰਸੀਡੈਂਟ ਔਨਲਾਈਨ ਵੀ ਪਏ ਨੇ, ਤੁਸੀਂ ਚੈੱਕ ਕਰ ਸਕਦੇ ਹੋ, ਕਿਉਂਕਿ ਦੇਖੋ ਜਦੋਂ ਇੱਕ ਪੋਜ਼ਿਟਿਵਿਟੀ ਮਾਰਕੀਟ ਦੇ ਵਿੱਚ ਆਉਂਦੀ ਹੈ ਨਾ, ਨੈਗੇਟਿਵਿਟੀ
ਗੱਡੀ ਕਿਸੇ ਤੋਂ ਵੀ ਰੈਂਟ ਕਰੋ, ਪਰ ਆਹ ਥੋੜ੍ਹਾ ਜਿਹੀਆਂ ਚੀਜ਼ਾਂ ਵੈਰੀਫਾਈ ਕਰ ਲਿਓ ਕਿ ਗੱਡੀ ਜਿਹੜਾ ਆਪਣਾ ਕੰਪਨੀ ਹੈ ਉਹ ਆਥੋਰਾਈਜ਼ਡ ਹੈ ਜਾਂ ਐਵੇਂ 2000 ਗੱਡੀਆਂ ਪਾ ਕੇ ਆਪਣਾ ਗੱਡੀ ਰੈਂਟ ਆਊਟ ਕਰ ਰਹੀ ਹੈ। 500,000 ਬਚਾਉਂਦੇ ਆਪਾਂ ਨੁਕਸਾਨ ਨਾ ਖਰਾਬ ਪਿਓ, ਜ਼ਿਆਦਾਤਰ ਇਹੋ ਹੀ ਹੁੰਦਾ ਨੁਕਸ, ਉਹ ਲਾਲਚ ਹੀ ਇਹੋ ਦਿੱਤਾ ਜਾਂਦਾ ਕਿ 500 ਰੁਪਈਆ ਜਾਂ 1000 ਰੁਪਈਆ ਗੱਡੀ ਘੱਟ 'ਚ ਦੇ ਦਿੰਦੇ ਆ, ਬਟ ਉਹ ਕਸਟਮਰ ਦਾ ਨੁਕਸਾਨ ਹੋ ਜਾਂਦਾ। ਜਿੰਨੀ ਦੇਰ ਤੱਕ ਉਹਨਾਂ ਦਾ ਚੱਲੀ ਜਾਂਦਾ ਉਹ ਚੱਲੀ ਜਾਂਦਾ, ਜਦੋਂ ਪੰਗਾ ਪੈਂਦਾ ਫਿਰ ਉਹ ਇੱਕੋ ਵਾਰੀ ਹੀ ਪੰਗਾ ਪੈਂਦਾ। ਜੀ ਅੱਗੇ ਆ ਜੀ ਫਿਰ, ਆਓ ਜੀ ਆਓ ਮਹਾਰਾਜ। ਸਦਾਬਹਾਰ ਗੱਡੀ ਇਹ ਸਾਡੇ ਕਹਿ ਲਓ ਜੀ ਘੋੜੇ ਆ, ਘੋੜੇ ਸਦਾਬਹਾਰ ਘੋੜੇ, ਹਾਂ ਹਰ ਇੱਕ ਦੀ ਪਸੰਦ ਆ ਵੀ, ਹਰ ਇੱਕ ਦੀ ਪਸੰਦ ਆ ਜੀ। ਇਹ NRI ਵੀਰਾਂ ਦੀ ਬਹੁਤ ਮਤਲਬ ਹਾਈ ਡਿਮਾਂਡ ਹੈ ਇਹਨਾਂ ਗੱਡੀਆਂ ਦੀ, ਸੋ ਇਸ ਤੁਹਾਨੂੰ ਗੱਡੀਆਂ ਦੇਵਾਂਗੇ ਜੀ ਅਸੀਂ 4x4 4x2 ਆਟੋ ਚਾਹੀਦੀ ਆ, ਮੈਨੂਅਲ ਚਾਹੀਦੀ ਆ, ਲੈਜੈਂਡਰ ਚਾਹੀਦੀ ਆ, ਸਾਰੀਆਂ ਗੱਡੀਆਂ ਅਵੇਲੇਬਲ ਆ। ਤੁਸੀਂ ਆਪਣੀ ਡਿਮਾਂਡ ਦੱਸੋ, ਡੂਰੇਸ਼ਨ ਦੱਸੋ, ਅਵੇਲੇਬਿਲਟੀ ਜੇ ਹੋਈ ਅਸੀਂ ਤੁਹਾਨੂੰ ਹੀ ਇਹ ਰੈਂਟ ਕਰਨੀਆਂ ਨੇ, ਬਾਹਰ ਲੋਕਲ ਨੂੰ ਅਸੀਂ ਵੈਸੇ ਹੀ ਆ ਅਗਲੇ ਮਹੀਨੇ ਤੋਂ ਬੰਦ ਕਰ ਦੇਣਾ, ਜਿੰਨੇ NRI ਨੇ ਇਹ ਸਾਰੀਆਂ ਉਹਨਾਂ ਦੇ ਕੋਲ ਹੀ ਜਾਣੀਆਂ ਨੇ ਗੱਡੀਆਂ। ਠੀਕ ਹੈ ਭਾਈ, ਕੰਡੀਸ਼ਨ ਚੈੱਕ ਕਰੋ ਗੱਡੀਆਂ ਦੀ, ਬਹੁਤ ਵਧੀਆ ਕੰਡੀਸ਼ਨ ਹੈ। ਗੱਲ ਕਰ ਲੱਗਾ ਸੀ ਮੈਂ ਆਲਮੋਸਟ ਜਿੰਨੀਆਂ ਗੱਡੀਆਂ ਵੇਖੀਆਂ ਨਾ ਮੈਨੂੰ ਕਿਤੇ ਕੋਈ ਸਕ੍ਰੈਚ ਨਹੀਂ ਹੋਇਆ ਗੱਡੀ ਦੇ ਉੱਤੇ। ਭਾਜੀ ਬਹੁਤ ਨੋਮੀਨਲ ਦੇ ਸਕ੍ਰੈਚਿਸ ਨੇ, ਬੜੇ ਸਫਿਸਟੀਕੇਟਡ ਬੰਦੇ ਸਾਡੇ ਕੋਲ ਆਉਂਦੇ ਨੇ, ਗੱਡੀਆਂ ਰੈਂਟ ਆਊਟ ਕਰਦੇ ਨੇ, ਆਪਣੀ ਸਮਝ ਕੇ ਚਲਾਉਂਦੇ ਨੇ, ਅਤੇ ਮੈਂ ਜਿਹੜੇ ਮੇਰੇ ਵੀਰ ਆਣਗੇ ਹੋਰ ਅੱਗੇ ਉਹਨਾਂ ਨੂੰ ਵੀ ਇਹੋ ਰਿਕੁਐਸਟ ਕਰੂੰਗਾ, ਆਪਣੀ ਸਮਝ ਕੇ ਚਲਾਓਗੇ ਤਾਂ ਇਹਦੇ ਵਰਗੀ ਗੱਡੀ ਵਰਗੀ ਕੋਈ ਰੀਸ ਕੋਈ ਨਹੀਂ, ਅਤੇ ਇਹੋ ਜਿਹੀ ਸਰਵਿਸ ਵੀ ਕੋਈ ਨਹੀਂ। ਸੋ ਆਲਮੋਸਟ ਸਾਰੇ ਇੱਦਾਂ ਦੇ ਆਉਂਦੇ ਨੇ ਜੀ ਸਾਡੇ ਕੋਲ ਵੀਰ, ਗੱਡੀਆਂ ਨੂੰ ਸਗੋਂ ਕਈ ਚੀਜ਼ਾਂ ਐਡ ਆਨ ਕਰਕੇ ਸਾਨੂੰ ਦੇ ਜਾਂਦੇ ਨੇ, ਕੋਈ ਸ਼ੌਂਕੀ ਬੰਦੇ ਆਉਂਦੇ ਨੇ, ਉਹ ਕੋਈ ਕਿਸੇ ਨੇ ਸੀਟ ਕਵਰ ਚੇਂਜ ਕਰਾਏ ਹੁੰਦੇ ਨੇ, ਕਿਸੇ ਨੇ ਉਹ ਲਾਈਟਾਂ ਥੱਲੇ ਜਿਹੜੀਆਂ ਫਲੈਸ਼ ਲਾਈਟਸ ਹੁੰਦੀਆਂ ਨੇ ਉਹ ਲਾਈਆਂ ਹੁੰਦੀਆਂ ਨੇ, ਸੋ ਆਪਣੇ ਅਕੋਰਡਿੰਗਲੀ ਹਰ ਬੰਦਾ ਜਿਹੜਾ ਇਹਨੂੰ ਮੋਡੀਫਾਈ ਕਰਕੇ ਗੱਡੀ ਨੂੰ ਰੱਖਦਾ, ਅਤੇ ਸਕ੍ਰੈਚਿਸ ਦਾ ਕੋਈ ਇਹੋ ਜਿਹਾ ਸਵਾਲ ਨਹੀਂ ਪੈਦਾ ਹੁੰਦਾ। ਜੇ ਹੋ ਵੀ ਜਾਵੇ ਇਨ ਕੇਸ ਗੱਡੀ ਕੋਈ ਲੱਗੀ ਲਾ ਗਿਆ, ਫਿਰ ਉਹ ਅਸੀਂ ਰਿਪੇਅਰ ਕਰਾ ਦਿੰਦੇ ਹਾਂ। ਬਿਲਕੁਲ, ਮਤਲਬ ਅਸੀਂ ਗੱਡੀ ਤੁਹਾਨੂੰ ਪੂਰੀ ਅਨਟੱਚ ਦੇਵਾਂਗੇ, ਅੰਡਾ ਪੀਸ ਦੇਵਾਂਗੇ। ਭਾਅ ਜੀ ਆਪਾਂ ਆਲਮੋਸਟ ਜਿੰਨੀਆਂ ਪੰਜਾਬ ਦੀਆਂ ਟੌਪਿਸਟ ਗੱਡੀਆਂ ਆਪਾਂ ਵੇਖ ਲਈਆਂ, ਤੁਹਾਡੀ ਫੇਵਰੇਟ ਗੱਡੀ ਕਿਹੜੀ ਹੈ? ਮੇਰੀ ਫੇਵਰੇਟ ਜੀ ਉਹ ਖੜੀ ਹੈ ਜੀ ਕਾਲੀ ਰਾਣੀ, ਮੇਰੀ ਰੇਂਜ ਕਾਲੀ ਰਾਣੀ, ਹਾਂ ਮੈਨੂੰ ਬਹੁਤ ਪਸੰਦ ਹੈ ਜੀ, ਬਹੁਤ ਵਧੀਆ ਥ੍ਰਿਲ ਹੈ। ਹਾਂ ਮੈਂ ਉਹਦੇ ਉੱਪਰ ਲੱਭੂੰਗਾ ਜੀ ਆਲਮੋਸਟ, ਤੁਹਾਨੂੰ ਜਦੋਂ ਵੀ ਤੁਸੀਂ ਵੇਖੋਗੇ ਮੈਂ ਉਹਦੇ ਉੱਪਰ ਹੀ ਲੱਭੂੰਗਾ ਤੁਹਾਨੂੰ। ਬਾਕੀ ਸਾਰੀਆਂ ਫੇਵਰੇਟ ਨੇ ਜੀ ਮੇਰੀਆਂ, ਇਹੋ ਜਿਹੀ ਗੱਲ ਕੋਈ ਨਹੀਂ, ਬੜੀਆਂ ਅੱਛੀਆਂ ਕਾਰਾਂ ਨੇ, ਕਾਰਾਂ ਸਾਰੀਆਂ ਕੰਫਰਟੇਬਲ ਨੇ। ਨਿਕਲਣਾ ਬੰਦਾ ਸਿੱਧਾ ਉਹ ਚਾਬੀ ਫੜਦਾ, ਮੈਂ ਆਹ ਲੈ ਕੇ ਜਾਣੀ। ਹਾਂ ਨਹੀਂ ਉਹ ਮੇਰੀ ਵਨ ਆਫ ਦਾ ਬੈਸਟ ਕਾਰ ਹੈ ਜੀ ਸਾਰਿਆਂ ਦੇ ਵਿੱਚੋਂ। ਠੀਕ ਹੈ ਜੀ। ਜੀ ਸਰ, ਠੀਕ ਹੈ ਜੀ, ਮੈਂ ਸਾਰੇ ਵੀਰਾਂ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ, ਤੁਸੀਂ ਆਓ ਗੱਡੀਆਂ ਰੈਂਟ ਆਊਟ ਕਰੋ, ਆਪਣੀ ਗੱਡੀ ਸਮਝ ਕੇ ਇਹਨੂੰ ਚਲਾਓ, ਅਸੀਂ ਤੋਂ ਡੇਲੀ ਬੈਠੇ ਹਾਂ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਫਰੰਟ ਐਂਡ 'ਤੇ ਬੈਠੇ ਹਾਂ, ਉਹਨਾਂ ਤੋਂ ਥੋੜ੍ਹਾ ਜਿਹਾ ਅਵੇਅਰ ਰਹੋ। ਜਿਹੜੇ ਮੇਰੇ ਵੀਰ ਬੜੀਆਂ ਸਸਤੀਆਂ ਗੱਡੀਆਂ ਦੇ ਰਹੇ ਨੇ, ਉਹਨਾਂ ਦਾ ਥੋੜ੍ਹਾ ਜਿਹਾ ਬੈਕਗ੍ਰਾਊਂਡ ਚੈੱਕ ਕਰਕੇ ਗੱਡੀਆਂ ਦਾ, ਮੈਂ ਨਹੀਂ ਕਹਿੰਦਾ ਹਰ ਬੰਦਾ ਮਾੜਾ ਆ, ਪਰ ਕੁਛ ਬੰਦੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨਾਲ ਸਕੈਮ ਹੋਏ ਨੇ, ਜੇ ਕਿਸੇ ਮੇਰੇ ਵੀਰ ਨੂੰ ਕੋਈ ਡਾਊਟ ਆ ਮੈਂ ਅਵੇਲੇਬਲ ਹਾਂ, ਮੈਂ ਦੱਸੂੰਗਾ ਕੀ ਸਕੈਮ ਹੋਏ ਨੇ, ਸੋ ਮੈਂ ਔਨ ਏਅਰ ਸਾਰਾ ਕੁਛ ਨਹੀਂ ਦੱਸ ਸਕਦਾ। ਕੋਈ ਵੀਰ ਚਾਹੁੰਦਾ ਹੈ ਨਾ, ਉਹਨਾਂ ਆਪਣੀ ਇੰਟਰਵਿਊ ਵੇਖੀ ਜੀ, ਹਾਂਜੀ ਉਹ ਕਹਿੰਦਾ ਭਾਅ ਜੀ ਮੈਂ ਕੋਈ ਚੀਜ਼ ਚੈੱਕ ਕਰਨੀ, ਮੈਂ ਕਿੱਦਾਂ ਕਰ, ਤੁਸੀਂ ਹੈਲਪ ਆਊਟ ਕਰੋਗੇ ਇਹਨਾਂ ਦੀ? ਚੈੱਕ ਇਨ ਦਾ ਸੈਂਸ, ਤੁਸੀਂ ਕਹਿ ਰਹੇ ਬੈਕਗ੍ਰਾਊਂਡ ਚੈੱਕ ਕਰੀਏ ਆਪਾਂ ਉਹਨਾਂ ਬੰਦਿਆਂ ਦੀ? ਨਹੀਂ ਉਹ ਦੇਖੋ ਐਸਾ ਕੁਛ ਨਹੀਂ ਪਤਾ ਲੱਗਦਾ ਜੀ, ਤਾਂ ਹੀ ਮੈਂ ਕਿਹਾ ਕੋਈ ਇੱਕ ਗੱਡੀ ਪਾ ਕੇ ਬੈਠਾ, ਦੋ ਗੱਡੀ ਪਾ ਕੇ ਬੈਠਾ, ਥੋੜ੍ਹਾ ਜਿਹਾ ਅਵੇਅਰਨੈਸ ਜ਼ਰੂਰੀ ਆ ਥੋੜ੍ਹਾ ਜਿਹਾ ਤਰੀਕੇ ਦੇ ਨਾਲ। ਲਾਈਸੈਂਸ ਹੈ ਜੀ ਇਹਦਾ ਆਪਣਾ, ਪੰਜਾਬ 'ਚ ਸਿਰਫ 4 ਤੋਂ 5 ਕੰਪਨੀਜ਼ ਨੇ ਜਿਨ੍ਹਾਂ ਦੇ ਕੋਲ ਇਹਦਾ ਲਾਈਸੈਂਸ ਹੈ, ਉਹੀ ਗੱਡੀਆਂ ਰੈਂਟ ਆਊਟ ਕਰ ਸਕਦੇ ਨੇ ਲੀਗਲੀ। ਇਲੀਗਲ ਤਾਂ ਫਿਰ ਜਿਹਦੇ ਕੋਲ ਦੋ ਵਿਚਾਰੇ ਕੋਲ ਘਰ ਗੱਡੀ ਲੱਗੀ ਉਹ ਵੀ ਕਿਰਾਏ 'ਤੇ ਦੇ ਕੇ ਤਾਂ ਤੁਰਿਆ ਫਿਰਦਾ, ਪਰ ਪੰਗਾ ਉਦੋਂ ਪੈਂਦਾ ਜਦੋਂ ਕੱਲ੍ਹ ਨੂੰ ਕੋਈ ਗੱਡੀ ਚੋਰੀ ਹੋ ਜੇ, ਕੱਲ੍ਹ ਨੂੰ ਕੋਈ ਗੱਡੀ ਵੱਜ ਜੇ, ਜਾਂ ਕੋਈ ਇਹੋ ਜਿਹੀ ਮਿਸਹੈਪਨਿੰਗ ਹੋ ਜਾਵੇ ਅਤੇ ਪੁਲਿਸ ਵਿੱਚ ਪੁਲਿਸ ਦੀ ਇਨਵੋਲਵਮੈਂਟ ਆ ਜਾਵੇ ਜਾਂ RTO ਦੀ ਕਿਤੇ ਇਨਵੋਲਵਮੈਂਟ ਆ ਜਾਵੇ, ਫਿਰ ਉਹ ਬੰਦੇ ਵੱਜੇ ਨਹੀਂ ਛੁੱਟਦੇ ਭਾਅ ਜੀ। ਚਲੋ ਭਾਅ ਜੀ ਆਪਾਂ ਲਾਸਟ ਖਤਮ ਕਰਦੇ ਹਾਂ, ਉਹ ਕੈਬ ਦਾ ਮਤਲਬ ਕੀ ਪ੍ਰੋਪਰ, ਕਿੱਥੋਂ ਨਾਮ? ਉਹ ਕੈਬ ਭਾਅ ਜੀ ਬੜਾ ਵਧੀਆ ਕੁਸਚਨ ਤੁਸੀਂ ਫਟਾਫਟ ਕੀਤਾ, ਮੈਂ ਬਹੁਤ ਇੰਟਰਵਿਊਜ਼ ਕਰੀਆਂ ਨੇ, ਕਿਸੇ ਨੇ ਇਹ ਚੀਜ਼ ਪੁੱਛੀ ਨਹੀਂ ਹੈ। ਉਹ ਕੈਬ ਦਾ ਮਤਲਬ ਹੈ ਜੀ ਔਨ ਵਹੀਕਲ ਔਨ, ਤੁਹਾਡਾ ਆਪਦਾ ਵਹੀਕਲ ਔਨ ਹੈ, ਆਓ ਇਹਨੂੰ ਲੈ ਜਾਓ, ਯੂਜ਼ ਕਰੋ ਅਤੇ ਵਾਪਸ ਕਰ ਜਾਓ ਬੜੇ ਨੋਮੀਨਲ ਚਾਰਜਿਸ ਦੇ ਵਿੱਚ। ਨੋ ਨੀਡ ਟੂ ਬਾਏ ਦਾ ਕਾਰ, ਡੋਂਟ ਵਰੀ ਅਬਾਊਟ ਟੂ ਸੈਲਿੰਗ ਦਾ ਕਾਰ, 2-4 ਲੱਖ ਆਪਣਾ ਘਟਾਓਗੇ, ਗੱਡੀ ਖਰੀਦੋਗੇ ਫਿਰ ਇਹਨੂੰ ਵੇਚੋਗੇ, ਜੇ ਗੱਡੀ 'ਚ ਕੋਈ ਕਮੀ ਨਿਕਲ ਆਈ, ਪ੍ਰੋਬਲਮ ਨਿਕਲ ਆਈ, ਉਹ ਵੀ ਤੁਹਾਡੇ ਪੇਟੇ ਪੈ ਜਾਣੀ ਆ। ਸੋ ਵੀ ਆਰ ਹੇਅਰ ਫੋਰ ਯੂ, ਗੱਡੀ ਫੁੱਲੀ ਸਰਵਿਸਿੰਗ ਹੋਈ ਹੁੰਦੀ ਆ, ਫੁੱਲੀ ਗੱਡੀ ਇੰਸ਼ੋਰਡ ਆ, ਕੋਈ ਦਿੱਕਤ ਆਉਂਦੀ ਆ ਅਸੀਂ ਉਹਦੇ ਲਈ ਬੈਠੇ ਹਾਂ। ਇੰਸ਼ੋਰੈਂਸ ਪਾਲਿਸੀ ਜਿਹੜੀ ਆ ਸਾਡੀ ਟਰਮਸ ਐਂਡ ਐਗਰੀਮੈਂਟ ਸਾਡੀ ਵੈਬਸਾਈਟ 'ਤੇ ਮੈਂਸ਼ਨ ਹੈ, ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ, ਪ੍ਰੋਪਰਲੀ ਉਹਨੂੰ ਪੜ੍ਹ ਸਕਦੇ ਹੋ, ਫਿਰ ਸਾਡੇ ਕੋਲ ਆਣ ਕੇ ਗੱਡੀ ਬੁੱਕ ਕਰ ਸਕਦੇ ਹੋ। ਠੀਕ ਹੈ ਭਾਅ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਵੈਲਕਮ ਵੈਲਕਮ ਭਾਅ ਜੀ, ਐਨੀ ਟਾਈਮ ਜਦੋਂ ਮਰਜ਼ੀ ਆਓ ਤੁਸੀਂ ਗੱਡੀ ਲੈ ਕੇ ਜਾਓ। ਇਹ ਸੀਗੇ ਪਰਮਿੰਦਰ ਸਿੰਘ ਭਾਅ ਜੀ, ਉਹ ਕੈਬਸ ਦੇ ਓਨਰ, ਤੁਹਾਡਾ ਨੰਬਰ ਥੱਲੇ ਲਿੰਕ ਆ ਰਹੇ ਚੱਲ ਰਹੇ ਆ, ਜਿਸੇ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਆਪਾਂ ਡਾਇਰੈਕਟ ਕਾਲ ਕਰ ਸਕਦੇ, ਵਟਸਐਪ ਕਰ ਸਕਦੇ, ਜਾਂ ਮਰਜ਼ੀ ਗੱਲ ਕਰ ਸਕਦੇ। ਥੈਂਕ ਯੂ ਜੀ, ਜਲਦੀ ਮਿਲਦੇ ਹਾਂ।